ਬਟਾਲਾ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਅਲਟਰਾਸਾਊਂਡ ਮਸ਼ੀਨਾਂ ਨਾਲ ਭਰੂਣ ਲਿੰਗ ਜਾਂਚ ਕਰਨ ਦਾ ਮਾਮਲਾ ਉਜਾਗਰ ਹੋ ਗਿਆ। ਚੰਡੀਗੜ੍ਹ ਤੋਂ ਆਈ ਟੀਮ ਨੇ ਸਟਿੰਗ ਆਪਰੇਸ਼ਨ ਕਰਕੇ ਇਸ ਜਾਂਚ ਕੇਂਦਰ ਤੋਂ ਮੋਟੀਆਂ ਰਕਮਾਂ ਵਸੂਲਣ ਦਾ ਭਾਂਡਾ ਭੰਨ ਦਿੱਤਾ। ਹਸਪਤਾਲ ਦੇ ਡਾਕਟਰ ਅਤੇ ਦਲਾਲ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਬਟਾਲਾ ਸ਼ਹਿਰ ਦੀ ਅਲੀਵਾਲ ਸੜਕ ਸਥਿਤ ਬਾਬਾ ਦੀਪ ਸਿੰਘ ਦੇ ਨਾਂ 'ਤੇ ਬਣੇ ਇੱਕ ਹਸਪਤਾਲ ਵਿੱਚ ਅਲਟਰਾਸਾਊਂਡ ਮਸ਼ੀਨਾਂ ਰਾਹੀਂ ਭਰੂਣ ਲਿੰਗ ਜਾਂਚ ਕਰਨ 'ਤੇ ਸਿਹਤ ਵਿਭਾਗ ਨੇ ਲੈਬੋਰਟਰੀ ਅਤੇ ਮਸ਼ੀਨਾਂ ਨੂੰ ਸੀਲ ਕਰ ਦਿੱਤਾ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਵਿੱਚ ਲਿੰਗ ਜਾਂਚ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਮਹਿਕਮੇ ਦੇ ਅਧਿਕਾਰੀਆਂ ਨੇ ਸਟਿੰਗ ਆਪਰੇਸ਼ਨ ਕਰਦਿਆਂ ਆਪਣੀ ਟੀਮ ਦੀ ਇੱਕ ਮਹਿਲਾ ਨੂੰ ਹਸਪਤਾਲ ਭੇਜਿਆ, ਜਿੱਥੇ ਹਸਪਤਾਲ ਦੇ ਮਾਲਕ ਡਾਕਟਰ ਨੇ 25,000 ਰੁਪਏ ਦੀ ਮੰਗ ਕੀਤੀ। ਜਾਂਚ ਟੀਮ ਨੇ ਡਾਕਟਰ ਅਤੇ ਦਲਾਲ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਕਲੀਨ ਇਨਫੋਰਮੇਸ਼ਨ ਮਿਲੀ ਸੀ ਕਿ ਬਟਾਲਾ ਦੇ ਵਿੱਚ ਜਿਹੜਾ ਹੈਗਾ ਕਾਫੀ ਲੰਬੇ ਸਮੇਂ ਤੋਂ ਲਿੰਗ ਲੰਬਾਰੀ ਜਿਹੜੇ ਟੈਸਟ ਹੁੰਦੇ ਆ, ਇਹ ਇਨਫੋਰਮੇਸ਼ਨ ਮਾਨਵਿੰਗ ਸਾਡੇ ਜਿਹੜੇ ਸਾਡੇ SMO ਸਾਹਿਬ ਔਰ ਸਾਡੇ ਸਿਵਲ ਸਰਵਿਸ ਸਾਹਿਬ ਨੇ ਡਿਪਾਰਟਮੈਂਟ ਨਾਲ ਸਾਂਝਾ ਕੀਤੀ ਸੀ। ਕੁਛ ਦਿਨ ਤੋਂ ਅਸੀਂ ਇਨਵੈਸਟੀਗੇਸ਼ਨ ਕਰਦੇ ਸੀ ਅਤੇ ਸਾਹਮਣੇ ਆਇਆ ਕਿ ਜਿਹੜਾ ਅੰਮ੍ਰਿਤਸਰ ਤੋਂ ਇੱਕ ਦਲਾਲ ਦਾ ਜਿਹੜਾ ਕੰਮ ਕਰਦਾ ਹੈਗਾ ਸੁਖਦੇਵ ਰਾਜ, ਜਿਹੜਾ ਕਿ ਆਲੇ ਦੁਆਲੇ ਤੋਂ ਕਸਟਮਰ ਵਗੈਰਾ ਇਕੱਠੇ ਕਰਕੇ ਇੱਥੇ ਜਿਹੜਾ ਲਿੰਗ ਲੰਬਾਰੀ ਟੈਸਟ ਵਗੈਰਾ ਕਰਾਉਂਦਾ ਸੀ। ਅਤੇ ਇਸ ਹੋਸਪਿਟਲ ਜਿਹੜਾ ਬਾਬਾ ਦੀਪ ਸਿੰਘ ਹੋਸਪਿਟਲ ਜਿਹਦਾ ਮਾਲਿਕ ਹੈਗਾ MP ਸਿੰਘ ਜਿਹਨੂੰ ਮੋਹਨਪਾਲ ਸਿੰਘ ਵੀ ਬੋਲਦੇ ਆ, ਇੱਥੇ ਇਲੀਗਲ ਲਿੰਗ ਲੰਬਾਰੀ ਟੈਸਟ ਕਰਦਾ ਸੀ। ਅੱਜ ਅਸੀਂ ਜੁਆਇੰਟ ਟੀਮ ਦੇ ਸਾਡੇ SMO ਸਾਹਿਬ, ਸਿਵਲ ਸਰਜਨ ਸਾਹਿਬ ਡਾਕਟਰ ਰਾਜੇਸ਼ ਵਾਸਕਰ, ਹੋਰ ਵੀ ਸਾਡੇ ਜਿਹੜੇ ਕਾਫੀ ਵੱਡੀ ਟੀਮ ਨਾਲ ਸਿਵਲ ਸਾਹਿਬ ਦੀ ਫੋਨ ਕੀਤੀ। ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਬਈ ਚਾਈਲਡ ਸੈਕਸ ਰੇਸ਼ੋ ਨੂੰ ਅਸੀਂ ਬਦਲਣਾ ਨਹੀਂ ਆ। ਸਾਨੂੰ ਜਿੰਨੇ ਮੁੰਡੇ ਪਿਆਰੇ ਆ ਉਨੀਆਂ ਕੁੜੀਆਂ ਪਿਆਰੀਆਂ, ਪਰ ਇਹ ਗੱਲ ਨੂੰ ਸਾਨੂੰ ਸਮਝਣਾ ਹੀ ਪੈਣਾ ਅਤੇ ਸਾਨੂੰ ਸਮਝਣਾ ਚਾਹੀਦਾ। ਬਟਾਲਾ ਸਿਵਲ ਥਾਣੇ ਮੁਖੀ ਮੁਖਤਿਆਰ ਸਿੰਘ ਦਾ ਕਹਿਣਾ ਸੀ ਕਿ ਦੋਸ਼ੀ ਡਾਕਟਰ ਅਤੇ ਦਲਾਲ ਨੂੰ ਕਾਬੂ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਸਾਡੇ ਕੋਲ ਸਿਵਲ ਸਰਜਨ ਸਾਹਿਬ ਦੀ ਕੰਪਲੇਂਟ 'ਤੇ ਇਨਫੋਰਮੇਸ਼ਨ 'ਤੇ ਇੱਥੇ ਸਾਰੀਆਂ ਟੀਮਾਂ ਆਈਆਂ, ਚੰਡੀਗੜ੍ਹ ਤੋਂ ਹੈੱਡਕੁਆਟਰ ਤੋਂ ਵੀ ਡਾਕਟਰ ਮਹੇਸ਼ ਦਾਸ ਜੀ, ਹੋਰ ਉਹਨਾਂ ਨੇ ਡਾਕਟਰ ਸਾਹਿਬਾਨ ਆਏ, ਉਹਨਾਂ ਨੇ ਆਪਣੇ ਲੀਗਲੀ ਤੌਰ 'ਤੇ ਚੈੱਕ ਕੀਤਾ। ਉਹਦੇ ਮੁਤਾਬਕ ਉਹਨਾਂ ਨੇ ਜਿਹੜੀਆਂ ਮਸ਼ੀਨਸ ਨੇ ਬਾਬਾ ਦੀਪ ਸਿੰਘ ਹੋਸਪਿਟਲ ਉਹਦੀਆਂ ਸੀਲ ਕੀਤੀਆਂ, ਪਲੱਸ ਜੋ ਇਹਦਾ ਰਿਕਾਰਡ ਹੈ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਕੇ ਸਾਡੇ ਹੈਂਡਓਵਰ ਕਰ ਰਹੇ ਆ। ਇਹਨਾਂ ਦੇ ਵਿੱਚ ਇਸ ਹੋਸਪਿਟਲ ਦਾ ਜਿਹੜਾ ਡਾਕਟਰ ਹੈ MP ਸਿੰਘ ਅਤੇ ਇੱਕ ਦਲਾਲ, ਉਹਨਾਂ ਨੂੰ ਫਿਲਹਾਲ ਨੇ ਲਿਆ ਵਾ, ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਦੀ ਰਿਪੋਰਟ।